ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬੁਲੇਟਿਨ 'ਚ। ਮੈਂ ਹਾਂ ਨੀਲ ਕਮਲ ਅਤੇ ਆਓ ਬੁਲੇਟਿਨ 'ਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਸੁਰਖੀਆਂ 'ਤੇ। ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਮੌਸਮ ਤੋਂ ਲਿਆ ਸਬਕ, ਕਿਹਾ 2029 'ਚ ਅਪ੍ਰੈਲ ਵਿੱਚ ਹੀ ਮੁਕੰਮਲ ਕਰ ਲਈਆਂ ਜਾਣਗੀਆਂ ਚੋਣਾਂ, ਕਿਹਾ ਵੋਟਾਂ ਦੀ ਗਿਣਤੀ ਵਿੱਚ ਗੜਬੜੀ ਦੀ ਨਹੀਂ ਕੋਈ ਗੁੰਜਾਇਸ਼। ਲੋਕ ਸਭਾ ਚੋਣਾਂ ਦੀ ਗਿਣਤੀ ਭਲਕੇ, ਪੰਜਾਬ 'ਚ 117 ਕੇਂਦਰਾਂ 'ਤੇ ਹੋਏਗੀ ਵੋਟਾਂ ਦੀ ਗਿਣਤੀ, ਸਵੇਰੇ 8 ਵਜੇ ਸ਼ੁਰੂ ਹੋ ਜਾਏਗਾ ਵੋਟਾਂ ਦੀ ਗਿਣਤੀ ਦਾ ਕੰਮ। ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਐਗਜ਼ਿਟ ਪੋਲ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਦੀ ਕੀਤੀ ਮੰਗ। ਤੇ ਹੁਣ ਖ਼ਬਰਾਂ ਦੀ ਤਫਸੀਲ। ਇਸ ਸਾਲ ਦੇਸ਼ ਭਰ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੋਲਿੰਗ ਪਾਰਟੀਆਂ ਤੋਂ ਲੈ ਕੇ ਆਮ ਵੋਟਰ ਤੱਕ ਸਾਰਿਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕੜਾਕੇ ਦੀ ਗਰਮੀ ਅਤੇ ਕੜਾਕੇ ਦੀ ਗਰਮੀ ਵਿਚਕਾਰ ਚੋਣਾਂ ਹੋਣ ਕਾਰਨ ਹੋਣ ਵਾਲੇ ਜਾਨੀ ਮਾਲੀ ਨੁਕਸਾਨ 'ਤੇ ਚਿੰਤਾ ਪ੍ਰਗਟਾਉਂਦਿਆਂ ਚੋਣ ਕਮਿਸ਼ਨ ਨੇ 2029 'ਚ ਹੋਣ ਵਾਲੀਆਂ ਆਮ ਚੋਣਾਂ ਲਈ ਯੋਜਨਾ ਵੀ ਤਿਆਰ ਕਰ ਲਈ ਹੈ। ਕਮਿਸ਼ਨ ਨੇ ਕਿਹਾ ਕਿ ਉਹ ਅਪ੍ਰੈਲ ਦੇ ਅੰਤ ਤੱਕ 2029 ਦੀਆਂ ਚੋਣਾਂ ਖਤਮ ਕਰ ਲਏਗਾ। ਕਮਿਸ਼ਨ ਨੇ ਕਿਹਾ ਕਿ ਇਸ ਵਾਰ ਆਮ ਚੋਣਾਂ ਕੜਾਕੇ ਦੀ ਗਰਮੀ ਦਰਮਿਆਨ ਹੋਈਆਂ ਹਨ, ਜਿਸ ਕਾਰਨ ਹਰ ਕਿਸੇ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ। ਲੋਕ ਸਭਾ ਚੋਣਾਂ ਲਈ 19 ਅਪ੍ਰੈਲ ਤੋਂ 1 ਜੂਨ ਤੱਕ 7 ਪੜਾਵਾਂ ਵਿੱਚ ਵੋਟਿੰਗ ਹੋਈ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ ਇਸ ਵਾਰ ਮੌਸਮ ਤੋਂ ਸਬਕ ਸਿੱਖਿਆ ਹੈ। ਇਸ ਵਾਰ ਅੱਤ ਦੀ ਗਰਮੀ ਕਾਰਨ ਵੋਟਿੰਗ ਪ੍ਰਤੀਸ਼ਤ ਵੀ ਘਟੀ ਹੈ। ਯੂਪੀ ਬਿਹਾਰ ਸਮੇਤ ਕਈ ਰਾਜਾਂ 'ਚ ਅੱਤ ਦੀ ਗਰਮੀ ਕਾਰਨ ਪੋਲਿੰਗ ਵਰਕਰਾਂ ਦੀ ਮੌਤ, ਦਰਜਨਾਂ ਲੋਕਾਂ ਨੂੰ ਹਸਪਤਾਲ ਭਰਤੀ ਵੀ ਕਰਵਾਉਣਾ ਪਿਆ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਵਿੱਚ ਵਿਸ਼ਵ ਰਿਕਾਰਡ ਵੀ ਬਣਿਆ ਹੈ। ਇਹਨਾਂ ਚੋਣਾਂ ਦੌਰਾਨ 31.2 ਕਰੋੜ ਔਰਤਾਂ ਸਮੇਤ 64.2 ਕਰੋੜ ਤੋਂ ਵੱਧ ਲੋਕਾਂ ਨੇ ਵੋਟ ਪਾਈ ਹੈ। ਇਹ ਡੇਟਾ ਸਾਰੇ G7 ਦੇਸ਼ਾਂ ਦੇ ਵੋਟਰਾਂ ਦਾ 1.5 ਗੁਣਾ ਅਤੇ 27 EU ਦੇਸ਼ਾਂ ਦੇ ਵੋਟਰਾਂ ਦਾ 2.5 ਗੁਣਾ ਹੈ। ਮੁੱਖ ਚੋਣ ਕਮਿਸ਼ਨ ਨੇ ਦੱਸਿਆ ਹੈ ਕਿ 2024 ਦੀਆਂ ਆਮ ਚੋਣਾਂ ਵਿੱਚ 312 ਮਿਲੀਅਨ ਔਰਤਾਂ ਨੇ ਆਪਣੀ ਵੋਟ ਪਾਈ, ਜੋ ਕਿ 27 EU ਦੇਸ਼ਾਂ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ ਦਾ 1.25% ਹੈ। ਜੰਮੂ ਕਸ਼ਮੀਰ ਦੇ 4 ਦਹਾਕਿਆਂ ਵਿੱਚ ਸਭ ਤੋਂ ਵੋਟਿੰਗ ਪ੍ਰਤੀਸ਼ਤ ਦਾ ਵੀ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਚੋਣਾਂ ਦੌਰਾਨ ਰਿਕਾਰਡ ਬਣਿਆ ਹੈ। 18ਵੀਂ ਲੋਕ ਸਭਾ ਦੇ ਲਈ 7 ਗੇੜਾਂ ਵਿੱਚ ਹੋਈਆਂ ਵੋਟਿੰਗ ਦੀ ਕੱਲ੍ਹ 4 ਜੂਨ ਨੂੰ ਗਿਣਤੀ ਹੋਵੇਗੀ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਦੀ ਗਿਣਤੀ ਵਾਸਤੇ ਸੂਬੇ ਵਿੱਚ 27 ਵੱਖ ਵੱਖ ਥਾਵਾਂ 'ਤੇ 48 ਇਮਾਰਤਾਂ ਵਿੱਚ ਕੁੱਲ 117 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਨੇ। ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਥਾਵਾਂ ਜ਼ਿਲ੍ਹਾ ਹੈੱਡਕੁਆਟਰ ਉੱਤੇ ਸਥਾਪਿਤ ਕੀਤੀਆਂ ਗਈਆਂ ਨੇ, ਜਦਕਿ 7 ਥਾਵਾਂ ਜ਼ਿਲ੍ਹਾ ਹੈੱਡਕੁਆਟਰ ਤੋਂ ਬਾਹਰ ਅਰਥਾਤ ਅਜਨਾਲਾ, ਬਾਬਾ ਬਕਾਲਾ, ਅਬੋਹਰ, ਮਲੋਟ, ਧੂਰੀ, ਛੋਕਰਾ, ਰਾਹੋਂ, ਨਵਾਂਸ਼ਹਿਰ ਅਤੇ ਖੂਨੀ ਮਾਜਰਾ ਖਰੜ ਵਿੱਚ ਸਥਾਪਿਤ ਨੇ। ਉਹਨਾਂ ਨੇ ਅੱਗੇ ਇਹ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਟਰ ਸੰਗਰੂਰ ਅਤੇ ਨਵਾਂਸ਼ਹਿਰ ਵਿਖੇ ਗਿਣਤੀ ਨਹੀਂ ਕਰਵਾਈ ਜਾ ਰਹੀ। ਉਹਨਾਂ ਕਿਹਾ ਕਿ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ ਅਤੇ ਵੱਖ ਵੱਖ ਰਾਜਾਂ ਦੇ ਆਲ ਇੰਡੀਆ ਸਰਵਿਸਿਜ਼ ਅਤੇ ਸਿਵਲ ਸਰਵਿਸਿਜ਼ ਕਾਡਰ ਦੇ ਕੁੱਲ 64 ਕਾਊਂਟਿੰਗ ਅਬਜ਼ਰਵਰਾਂ ਵੱਲੋਂ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕੀਤੀ ਜਾਏਗੀ। ਮੁੱਖ ਚੋਣ ਅਧਿਕਾਰੀ ਨੇ ਇਹ ਵੀ ਕਿਹਾ ਕਿ ਇਹਨਾਂ ਗਿਣਤੀ ਕੇਂਦਰਾਂ ਵਿਖੇ ਸਟਰੋਂਗ ਰੂਮ ਵਿੱਚ ਰੱਖੀਆਂ ਗਈਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ।
ਕੱਲ੍ਹ ਲੋਕ ਸਭਾ ਚੋਣਾਂ ਦੀਆਂ ਵੋਟਿੰਗ ਦੀ ਗਿਣਤੀ ਨੂੰ ਲੈ ਕੇ ਚੋਣ ਕਮਿਸ਼ਨ ਸਮੇਤ ਪੂਰਾ ਪ੍ਰਸ਼ਾਸਨ ਭੱਬਾਂ ਭਾਰ ਹੈ। ਹਲਕਾ ਖਡੂਰ ਸਾਹਿਬ ਦੀਆਂ ਵੋਟਾਂ ਦੀ ਗਿਣਤੀ ਲਈ ਬਾਬਾ ਬਕਾਲਾ ਪ੍ਰਸ਼ਾਸਨ ਵੱਲੋਂ ਵੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਬਾਬਾ ਬਕਾਲਾ ਦੇ SDM ਕਮ ਸਹਾਇਕ ਰਿਟਰਨਿੰਗ ਅਫਸਰ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ। ਸ਼੍ਰੀ ਮਾਤਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣਾਏ ਕਾਊਂਟਿੰਗ ਸੈਂਟਰ ਦੇ ਵਿੱਚ ਕਾਊਂਟਿੰਗ ਦੇ ਲਈ 14 ਟੇਬਲ ਲਗਾਏ ਗਏ ਹਨ ਅਤੇ 17 ਰਾਊਂਡ ਦੇ ਵਿੱਚ ਵੋਟਿੰਗ ਦੀ ਗਿਣਤੀ ਕੀਤੀ ਜਾਏਗੀ। ਉਹਨਾਂ ਦੱਸਿਆ ਕਿ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ ਤੇ ਦੁਪਹਿਰ 2 ਵਜੇ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ। ਬਾਬਾ ਬਕਾਲਾ ਦੀ ਜਿਹੜੀ ਪਾਰਲੀਮੈਂਟਰੀ ਕੰਸਟੀਚੁਐਂਸੀ ਦੀ ਇਲੈਕਸ਼ਨ ਹੋਣ ਜਾ ਰਹੀ ਹੋਈ ਹੈ, ਉਹਦੇ ਰਿਗਾਰਡਿੰਗ ਕਾਊਂਟਿੰਗ ਸਾਡੀ ਸ਼੍ਰੀ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਜਲਾਲ ਬਾਬਾ ਬਕਾਲਾ ਵਿਖੇ ਹੀ ਹੋਏਗੀ। ਅਤੇ ਸਿਰਫ ਸਿੰਪਲ ਬਾਬਾ ਬਕਾਲਾ ਦੀ ਇੱਥੇ ਹੋ ਰਹੀ ਹੈ, ਬਾਕੀ ਸਾਰਿਆਂ ਦੀ ਖਡੂਰ ਸਾਹਿਬ ਜਾਂ ਜੰਡਿਆਲਾ ਦੀ ਅੰਮ੍ਰਿਤਸਰ ਹੋ ਰਹੀ ਹੈ। ਅਤੇ ਇੱਥੇ ਮਤਲਬ ਪੂਰਾ ਸੈਂਟਰ ਬਣਾਇਆ ਗਿਆ, ਕਾਊਂਟਿੰਗ ਦਾ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸਿਕਿਉਰਿਟੀ 3-tier ਸਿਕਿਉਰਿਟੀ ਲੱਗੀ ਹੋਈ ਹੈ, CAP ਵੀ ਹੈ, ਸਟੇਟ ਪੁਲਿਸ ਵੀ ਹੈ, ਅਤੇ ਓਬਜ਼ਰਵਰ ਸਾਹਿਬ ਵੀ ਸਾਡੇ ਕਾਊਂਟਿੰਗ ਓਬਜ਼ਰਵਰ ਸਾਹਿਬ ਸਾਡੇ ਇੱਥੇ ਪਹੁੰਚ ਚੁੱਕੇ ਨੇ, ਉਹ ਇਹਨਾਂ ਦਾ ਵਿਊ ਲੈ ਰਹੇ ਨੇ। ਸਵੇਰੇ 8 ਵਜੇ ਸ਼ੁਰੂ ਹੋਏਗੀ ਜੀ ਕਾਊਂਟਿੰਗ, ਤੋ 17 ਰਾਊਂਡਸ ਲੱਗਣੇ ਨੇ, ਉਹ ਜਿੰਨਾ ਅਕੋਰਡਿੰਗਲੀ ਟਾਈਮ ਲੱਗੇਗਾ, ਜਿੰਨਾ ਤੁਸੀਂ ਸਾਨੂੰ ਕੋਆਪਰੇਟ ਕਰੋਗੇ ਅਸੀਂ ਉਨੀ ਜਲਦੀ ਫਿਨਿਸ਼ ਕਰ ਪਾਵਾਂਗੇ। ਇਸੇ ਤਰ੍ਹਾਂ ਹਰਿਆਣੇ ਦੀਆਂ 10 ਲੋਕ ਸਭਾ ਸੀਟਾਂ 'ਤੇ ਹੋਈ ਵੋਟਿੰਗ ਲਈ ਵੀ ਕੱਲ੍ਹ ਗਿਣਤੀ ਹੋਣੀ ਹੈ। ਹਰਿਆਣਾ 'ਚ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਨੇ। ਕੁਰੂਕਸ਼ੇਤਰ ਵਿਖੇ ਕਾਊਂਟਿੰਗ ਸੈਂਟਰ 'ਤੇ ਪੁਲਿਸ ਸੁਪਰਡੈਂਟ ਸੁਰਿੰਦਰ ਸਿੰਘ ਅਤੇ ਪੁਲਿਸ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਸਵੇਰੇ ਹੋਣ ਵਾਲੀ ਕਾਊਂਟਿੰਗ ਦੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਅਤੇ ਸਾਰੇ ਪ੍ਰਬੰਧ ਮੁਕੰਮਲ ਨੇ। ਕਿਸੇ ਵੀ ਕਾਊਂਟਿੰਗ ਵਾਲੀ ਥਾਂ 'ਤੇ ਮੋਬਾਈਲ ਸਮੇਤ ਪੇਪਰ ਅਤੇ ਪੈੱਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਜੈਸਾ ਆਪ ਜਾਣਦੇ ਹੈ, ਕੱਲ ਲੋਕ ਸਭਾ ਚੁਣਾਵ ਕੀ ਕਾਊਂਟਿੰਗ ਹੈ, ਤੋ ਦੋ ਲੋਕੇਸ਼ਨਸ ਪੇ ਜੋ ਕਾਊਂਟਿੰਗ ਸੰਪੰਨ ਹੋਗੀ, ਉਸਕੇ ਲੀਏ ਜੋ ਵੀ ਅਰੇਂਜਮੈਂਟ ਹੈ ਐਜ਼ ਪਰ ਨੋਰਮਸ ਅਰੇਂਜਮੈਂਟ ਕਰ ਲੀਏ ਗਏ ਹੈ, ਔਰ ਕੇਵਲ ਗੇਟ ਨੰਬਰ 2 ਸੇ ਸਭੀ ਜੋ ਕਾਊਂਟਿੰਗ ਏਜੰਟਸ ਹੈ, ਕੈਂਡੀਡੇਟਸ ਹੈ ਜਾਂ ਸਟਾਫ ਹੈ, ਕੇਵਲ ਗੇਟ ਨੰਬਰ 2 ਹੀ ਖੁੱਲ੍ਹਾ ਹੋਗਾ। ਗੇਟ ਨੰਬਰ 1 ਔਰ ਗੇਟ ਨੰਬਰ 3 ਕੱਲ ਕਾਊਂਟਿੰਗ ਕੇ ਸਮੇਂ ਤੱਕ ਕੇ ਲੀਏ ਬੰਦ ਰਹੇਗਾ। ਇਸਕੇ ਇਲਾਵਾ 100 ਮੀਟਰ ਕੇ ਪੈਰੀਫਰੀ ਦੋਨੋ ਲੋਕੇਸ਼ਨਸ ਪੇ 100 ਮੀਟਰ ਕੀ ਪੈਰੀਫਰੀ ਪੇ ਨਾਕੇ ਹੋਗੇ, ਜੋ ਆਥੋਰਾਈਜ਼ਡ ਹੈ ਜਿਸਕੇ ਪਾਸ ਪਾਸ ਹੈ ਕੇਵਲ ਉਸੀ ਕੀ ਐਂਟਰੀ ਕਾਊਂਟਿੰਗ ਸੈਂਟਰ ਤੱਕ ਉਸਕੋ ਅਲਾਓ ਕੀਆ ਜਾਏਗਾ। ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੰਗ ਕੀਤੀ ਹੈ ਕਿ ਦੇਸ਼ ਵਿੱਚ ਐਗਜ਼ਿਟ ਪੋਲ 'ਤੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਗਾ ਦੇਣੀ ਚਾਹੀਦੀ ਹੈ। ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਐਗਜ਼ਿਟ ਪੋਲ ਕਈ ਵਾਰ ਗਲਤ ਸਾਬਤ ਹੋਏ ਨੇ। ਉਹਨਾਂ ਕਿਹਾ ਕਿ ਟੈਲੀਵਿਜ਼ਨ ਚੈਨਲਾਂ 'ਤੇ ਸ਼ਨੀਵਾਰ ਨੂੰ ਪ੍ਰਸਾਰਿਤ ਕਈ ਐਗਜ਼ਿਟ ਪੋਲ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਤੀਸਰੀ ਵਾਰ ਸੱਤਾ 'ਚ ਬਣੇ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਨਾਲ ਹੀ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ ਯਾਨੀ ਕਿ NDA ਨੂੰ ਭਾਰੀ ਬਹੁਤਮਤ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਸੰਜੇ ਸਿੰਘ ਨੇ ਕਿਹਾ ਕਿ ਐਗਜ਼ਿਟ ਪੋਲ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਦੇਸ਼ ਦੇ ਲੋਕਾਂ, ਪ੍ਰਸ਼ਾਸਨਿਕ ਪ੍ਰਣਾਲੀ ਅਤੇ ਚੋਣ ਕਮਿਸ਼ਨ ਨੂੰ ਪ੍ਰਭਾਵਿਤ ਕਰਨ ਦਾ ਗਲਤ ਤਰੀਕਾ ਹੈ। ਉਹਨਾਂ ਦਾਅਵਾ ਕੀਤਾ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਵਿਰੋਧੀ ਧਿਰ ਦੇ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਯਾਨੀ ਕਿ ਇੰਡੀਆ ਨੂੰ 295 ਸੀਟਾਂ ਮਿਲਣ ਜਾ ਰਹੀਆਂ ਨੇ। ऐसा भारत के चुनावी इतिहास में, एग्जिट पोल के इतिहास में पहली बार घटित हुआ है। क्या घटित हुआ है? अब मैं शुरू करता हूं झारखंड से। एक राज्य है झारखंड। इस झारखंड राज्य में CPIM चुनावी नहीं लड़ रही है।
वहां पर सीपीआई एमएल चुनाव लड़ रही है, मार्क्सवादी लेनिनवादी पार्टी चुनाव लड़ रही है, और यहां पे लिखा हुआ है सीपीआईएम को 2 से 3 सीटें। सीपीएम चुनाव ही नहीं लड़ रही और दे रहे हैं उसको 2 से 3 सीट, और सीपीआईएमएल भी जो चुनाव लड़ रही है वो 1 सीट पर चुनाव लड़ रही है। दूसरा, तमिलनाडु में कांग्रेस पार्टी चुनाव लड़ रही है 9 सीट पे और उसको जिताया जा रहा है 15 सीटों पे। कांग्रेस खुद 9 सीट पे चुनाव लड़ रही है और उसको जिताया जा रहा है 15 सीटों पे। तीसरा, उत्तराखंड में कुल सीटों की संख्या है 5 और बीजेपी को दिया जा रहा है 6 सीट। कुल सीटों की संख्या है 5 और बीजेपी को दी जा रही है 6 सीट। ये तमिलनाडु है, यहां का रिजल्ट आने के बाद तो बीजेपी वाले बेचारे खुद ही मूर्छित होकर गिर गए, उनको खुद ही नहीं भरोसा हो रहा है। तमिलनाडु में 34% प्लस माइनस 3% बीजेपी का वोट शेयर है। मेरे ख्याल से भगवान भी इस एग्जिट पोल के सर्वे पर भरोसा नहीं करेगा कि बीजेपी को 37% वोट शेयर तमिलनाडु में मिल रहा है। 37% वोट शेयर तमिलनाडु में मिल रहा है बीजेपी को। इसके बाद ये हरियाणा, हरियाणा में कुल सीट है 10, कुल सीटों की संख्या है 10 और वहां पे एग्जिट पोल के नतीजों में दिखाया जा रहा है कि 16 से 19 सीटें आएंगी, जिसमें से 6 से 8 सीटें वो एनडीए को दी जाएंगी, बाकी इंडिया को दी जाएंगी। अब हिमाचल प्रदेश में हरियाणा मैंने बताया 10 सीट है और दिखाया जा रहा है 16 से 19 सीटें मिलेंगी इंडिया और एनडीए को। हिमाचल प्रदेश में कुल सीटों की संख्या है 4 और वहां दिखाया जा रहा है कि 6 से 8 सीटों पे नतीजे आएंगे, यानी 6 तो आएंगे हिमाचल प्रदेश के और 2 सीटों के कहां से आएंगे मुझे नहीं पता, यानी कि 4 सीटों के, 6 से 8 सीटों के नतीजे आएंगे। मतगणना होगी 4 सीटों पे हिमाचल प्रदेश में, नतीजे आएंगे 6 से 8 सीटों के, ये देख लीजिए आप। एक बिहार का और बड़ा इंटरेस्टिंग, अच्छा एक और बड़ा मजेदार है, यह है राजस्थान। यहां पे कुल 25 सीटें हैं, भाई लोगों ने 33 सीटों का नतीजा दे दिया है। सीटें हैं 25 और नतीजे आएंगे 33 सीटों के, यानी कि 25 सीटों के अंदर चुनाव हुआ है और 8 सीटों के नतीजे एक्स्ट्रा आ जाएंगे। ये कहां से एग्जिट पोल बना है भाई? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਮੂਹ ਸੰਗਤਾਂ ਨੂੰ 6 ਜੂਨ ਦਾ ਘੱਲੂਘਾਰਾ ਦਿਵਸ ਅਮਨ ਸ਼ਾਂਤੀ ਅਤੇ ਸਬਰ ਸੰਤੋਖ ਨਾਲ ਗੁਰਬਾਣੀ ਦੇ ਵੱਧ ਤੋਂ ਵੱਧ ਜਾਪ ਕਰਦਿਆਂ ਮਨਾਉਣ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ 5 ਸਿੰਘ ਸਾਹਿਬਾਨਾਂ ਵੱਲੋਂ ਜੋ
ਬੀਤੇ ਦਿਨੀ ਘੱਲੂਘਾਰਾ ਹਫ਼ਤੇ ਸੰਬੰਧੀ ਆਦੇਸ਼ ਕੀਤਾ ਗਿਆ ਹੈ। ਉਸ ਅਨੁਸਾਰ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਸਿੱਖ 4 ਤੋਂ 6 ਜੂਨ ਤੱਕ ਸਿਰਾਂ 'ਤੇ ਕਾਲੀਆਂ ਦਸਤਾਰਾਂ ਸਜਾਉਣ ਅਤੇ ਬੀਬੀਆਂ ਕਾਲੇ ਦੁਪੱਟੇ ਲੈਣ। ਉਹਨਾਂ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਪਾਠ ਕਰਨ ਦੀ ਪ੍ਰੇਰਣਾ ਦਿੰਦਿਆਂ ਕਿਹਾ ਹੈ ਕਿ ਕਾਲੀਆਂ ਦਸਤਾਰਾਂ ਅਤੇ ਕਾਲੇ ਦੁਪੱਟੇ ਸਜਾਉਣ ਦਾ ਮਨੋਰਥ ਸੋਗ ਨਹੀਂ ਬਲਕਿ ਇੱਕ ਤਰੀਕੇ ਦੇ ਨਾਲ ਤਤਕਾਲੀ ਕਾਂਗਰਸ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਰੋਸ ਪ੍ਰਗਟ ਕਰਨਾ ਹੈ। ਇਸੇ ਦੌਰਾਨ ਐਡਵੋਕੇਟ ਧਾਮੀ ਵੱਲੋਂ ਘੱਲੂਘਾਰਾ ਸਮਾਗਮ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਗਈ। ਜਦੋਂ ਜੂਨ ਦਾ ਮਹੀਨਾ ਚੜ੍ਹਦਾ ਜਿਵੇਂ ਕੁਦਰਤ ਦਾ ਗਰਮੀ ਦਾ ਕਹਿਰ ਜਿਹੜਾ ਆ ਉਹ ਮਨੁੱਖ ਮਹਿਸੂਸ ਕਰਦਾ, ਇਸੇ ਤਰ੍ਹਾਂ ਇਹ ਜੂਨ ਦਾ ਮਹੀਨਾ ਜਦੋਂ ਚੜ੍ਹਦਾ ਤਾਂ ਸਿੱਖ ਦੇ ਮਾਨਸਿਕ ਤੌਰ 'ਤੇ ਅੰਦਰਲੀਆਂ ਜਿਹੜੀਆਂ ਭਾਵਨਾਵਾਂ ਆ ਉਹ ਵੀ ਗਰਮ ਹੋਣ ਲੱਗ ਪੈਂਦੀਆਂ। 31 ਮਈ 1984 ਦਾ ਉਹ ਸਮਾਂ ਜਦੋਂ ਰਾਤ ਨੂੰ 8 ਵਜੇ ਟੈਲੀਵਿਜ਼ਨਾਂ ਅਤੇ ਰੇਡੀਓ ਦੇ ਉੱਤੇ ਅਨਾਊਂਸਮੈਂਟ ਹੁੰਦੀ ਕਿ ਪੰਜਾਬ ਨੂੰ ਸਮੁੱਚੇ ਨੂੰ ਫੌਜ ਦੇ ਹਵਾਲੇ ਕੀਤੇ ਜਾਂਦਾ ਅਤੇ ਇੱਥੇ ਪੂਰਨ ਤੌਰ 'ਤੇ ਬਲੈਕਆਊਟ ਕਰ ਦਿੱਤੀ ਜਾਂਦੀ ਹੈ ਅਤੇ 1 ਤਰੀਕ ਨੂੰ ਇੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹਮਲਾ ਕੀਤਾ ਜਾਂਦਾ ਔਰ ਬਹੁਤ ਸਾਰੀ ਸੰਗਤ ਜਿਹੜੀ ਆ ਉਹ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਉਣ ਇੱਥੇ ਹਾਜ਼ਰ ਸੀਗੇ ਅਤੇ ਕਰਫਿਊ ਲਾ ਦਿੱਤਾ ਜਾਂਦਾ ਔਰ ਕਰਫਿਊ 'ਚ ਥੋੜ੍ਹੀ ਢਿੱਲ ਦਿੱਤੀ ਜਾਂਦੀ ਆ। ਬਹੁਤ ਸਾਰੇ ਸ਼ਰਧਾਲੂ ਉਹ ਅੰਦਰ ਹੀ ਇੱਥੇ ਜਿਹੜੇ ਉਹ ਰਹਿ ਜਾਂਦੇ ਆ। ਉਹ ਮਰਜੀਬੜੇ ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਇਹ ਪ੍ਰਤਿਗਿਆ ਕੀਤੀ ਸ਼੍ਰੀ ਅਕਾਲ ਤਖ਼ਤ ਦੇ ਸਨਮੁੱਖ ਕਿ ਜੇ ਇੱਥੇ ਫੌਜ ਨੇ ਜਾਂ ਪੁਲਿਸ ਨੇ ਹਮਾਕਤ ਕੀਤੀ ਅੰਦਰ ਵੜਨ ਦੀ ਤਾਂ ਫਿਰ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਔਰ ਫੌਜ ਨੂੰ ਵੀ ਫਿਰ ਚਣੇ ਚਵਾਏ ਇਹ ਘਮਸਾਨ ਦਾ ਜਿਹੜਾ ਯੁੱਧ ਸੀ ਇਹ 6 ਤਰੀਕ ਤੱਕ 6 ਜੂਨ ਤੱਕ ਹੋਇਆ ਪਰ ਉਹਨਾਂ ਨੇ ਤਾਂ ਜਿੰਨੀ ਪ੍ਰਤਿਗਿਆ ਕੀਤੀ ਸੀ ਉਹਨੀ ਤਾਂ ਸ਼ਹੀਦੀਆਂ ਪਾਈਆਂ। ਬਹੁਤ ਸਾਰੇ ਸ਼ਰਧਾਲੂ ਜਿਹੜੇ ਸੀਗੇ ਉਹ ਵੀ ਵਿਚਾਰੇ ਇਹ ਮੌਤ ਦੇ ਘਾਟ ਇਹਨਾਂ ਨੇ ਜ਼ਾਲਮ ਸਰਕਾਰ ਨੇ ਉਸ ਵੇਲੇ ਦੀ ਕਾਂਗਰਸ ਨੇ ਉਹ ਸਾਰੇ ਮੌਤ ਦੇ ਘਾਟ ਉਤਾਰੇ। ਆ ਜਿਹੜੇ ਸਥਾਨ 'ਤੇ ਆਪਾਂ ਖੜ੍ਹੇ ਹਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਸਾਡੇ ਸਾਰੇ ਦਫ਼ਤਰ ਆ। ਆਹ ਤੁਸੀਂ ਦੇਖਦੇ ਆ ਜਿੰਨੇ ਆਹ ਨਿਸ਼ਾਨ ਲੱਗੇ ਆ ਜਿਹੜੇ ਅਸੀਂ ਖੋਲ੍ਹ ਲਾ ਕੇ ਐਜ਼ ਇਟ ਇਜ਼ ਸਕਿਓਰ ਕੀਤੇ ਆ। ਇਹ ਸੱਚਖੰਡ ਉੱਧਰਲੇ ਪਾਸੇ ਅਤੇ ਇੱਧਰਲੇ ਪਾਸੇ ਸਰਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸੀ। ਹੁਣ ਤੁਸੀਂ ਇਹ ਦੇਖ ਸਕਦੇ ਵੀ ਇਹਨੂੰ ਕਿੱਦਾਂ ਮਾਰਟਨ ਗੰਨਾਂ ਨਾਲ ਐਨ ਗੋਲੀਆਂ ਨਾਲ ਚੱਪਾ ਬਿਨਿਆ ਪਿਆ। ਇਹ ਗੱਲ ਇਹ ਦਰਸਾਉਂਦਾ ਆ ਕਿ ਜ਼ਾਲਮ ਸਰਕਾਰ ਇੱਕ ਵੱਡੀ ਰਣਨੀਤੀ ਲੈ ਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਇਹ ਸਾਰਾ ਇਹਨੇ ਐਕਸ਼ਨ ਕੀਤਾ। ਇਸੇ ਤਰ੍ਹਾਂ ਮੰਜੀ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸੇ ਤਰ੍ਹਾਂ ਸਾਰਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ। ਸੋ ਮੋਹਰੇ ਅੱਜ ਅਸੀਂ 10 ਕੁ ਦਿਨ ਪਹਿਲਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੋਹਰੇ ਅਕਾਲ ਤਖ਼ਤ ਦੇ ਸਨਮੁੱਖ ਉਸ ਵੇਲੇ ਦਾ ਮਾਡਲ ਜਿਹੜਾ ਆ ਉਹ ਵੀ ਇੰਸਟਾਲ ਕੀਤਾ ਅਤੇ ਉਹ ਜਿਹੜੀ ਬੀੜ ਮਹਾਨ ਸਤਿਗੁਰੂ ਜੀ ਦੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਵਿੱਤਰ ਸਰੂਪ ਵੀ ਬਾਬਾ ਗੁਰਬਖਸ਼ ਸਿੰਘ ਬੁੰਗਾ ਵਿੱਚ ਉਹ ਪ੍ਰਕਾਸ਼ਮਾਨ ਕੀਤੇ ਹੋ ਆ ਤਾਂ ਕਿ ਲੋਕ ਦੇਖ ਸਕਣ ਕਿ ਇਸ ਸਰਕਾਰ ਨੇ ਬਿਲਡਿੰਗਾਂ ਦਾ ਢਾਈਆਂ ਜਾਗਤ ਜੋਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਵੀ ਗੋਲੀਆਂ ਨਾਲ ਬਿੰਨਿਆ। ਸੋ ਇਹ ਸਾਰਾ ਕੌਮ ਜਿਹੜੀ ਆ
6 ਜੂਨ ਨੂੰ ਸ਼੍ਰੀ ਅਕਾਲ ਤਖ਼ਤ 'ਤੇ ਇਕੱਤਰ ਹੋ ਕੇ ਅਰਦਾਸ ਕਰਦੀ ਉਹਨਾਂ ਮਹਾਨ ਸ਼ਹੀਦਾਂ ਲਈ ਅਤੇ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰ ਪਾਉ ਦਿੱਤੇ ਜਾਂਦੇ ਆ। ਜੂਨ 1984 ਮੌਕੇ ਹੋਏ ਆਪਰੇਸ਼ਨ ਬਲੂ ਸਟਾਰ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਟੈਟੇਰੀ ਹੋ ਗਿਆ ਸੀ। ਜੂਨ ਦੇ ਘੱਲੂਘਾਰੇ ਨੂੰ ਯਾਦ ਕਰਦਿਆਂ ਜਿੱਥੇ SDPC ਵੱਲੋਂ ਜੂਨ ਦੇ ਪਹਿਲੇ ਹਫ਼ਤੇ ਨੂੰ ਸ਼ਹੀਦੀ ਹਫ਼ਤੇ ਵਜੋਂ ਮਨਾਉਂਦੇ ਹੋਏ ਸ਼ਹੀਦ ਸਿੰਘਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਉੱਥੇ ਹੀ ਆਸਟ੍ਰੇਲੀਆ ਗਏ ਅੰਮ੍ਰਿਤਸਰ ਦੇ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਜੂਨ 1984 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਢਹਿ-ਢੇਰੀ ਹੋਇਆ ਪੁਰਾਣਾ ਮਾਡਲ ਆਸਟ੍ਰੇਲੀਆ ਵਿਖੇ ਤਿਆਰ ਕੀਤਾ ਹੈ। ਗੁਰਪ੍ਰੀਤ ਨੇ ਕਿਹਾ ਕਿ ਜੂਨ ਦਾ ਮਹੀਨਾ ਇਤਿਹਾਸ 'ਚ ਕਾਲਾ ਦਿਨ ਸੀ ਅਤੇ ਇਸ ਤੋਂ ਵੱਡਾ ਦੁਖਾਂਤ ਹੋਰ ਕੀ ਹੋਵੇਗਾ ਕਿ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ 'ਤੇ ਸਮੇਂ ਦੀ ਸਰਕਾਰ ਨੇ ਟੈਂਕਾਂ ਤੋਪਾਂ ਬੀੜ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ। ਉਹਨਾਂ ਦੱਸਿਆ ਕਿ ਇਹ ਮਾਡਲ ਆਸਟ੍ਰੇਲੀਆ ਦੀ ਧਰਤੀ 'ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸਹਿਯੋਗ ਅਤੇ ਸੰਗਤ ਦੇ ਕਹਿਣ 'ਤੇ ਤਕਰੀਬਨ 202 ਦਿਨਾਂ ਦੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਬਣਾਉਣ ਦੇ ਲਈ ਪਲਾਸਟਿਕ ਫਾਈਬਰ ਅਤੇ ਲੱਕੜੀ ਦਾ ਇਸਤੇਮਾਲ ਕੀਤਾ ਗਿਆ। ਗੁਰਪ੍ਰੀਤ ਨੇ ਦੱਸਿਆ ਕਿ ਇਹ ਮਾਡਲ ਆਸਟ੍ਰੇਲੀਆ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਪ੍ਰਦਰਸ਼ਨੀ ਰੂਪ ਵਿੱਚ ਲਿਜਾਇਆ ਜਾਏਗਾ, ਜਿੱਥੇ ਕਿ ਸਿੱਖ ਪੰਥ ਅਤੇ ਬੱਚੇ ਇਤਿਹਾਸ ਨੂੰ ਜਾਣ ਸਕਣ ਕਿ ਸਿੱਖ ਕੌਮ ਦੇ ਨਾਲ ਕੀ ਦਰਦ ਵਾਪਰਿਆ ਹੈ। ਇਹ ਜੋ ਮਾਡਲ ਹੈ ਜੂਨ 1984 ਜੋ ਕਿ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਕਾਲਾ ਦਿਨ ਇਹ ਆਇਆ ਸੀਗਾ, ਕਿਉਂਕਿ ਇਹ ਉਹ ਦਿਨ ਸੀਗਾ ਜਿਸ ਵੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਅੰਦਰ ਤੋਪਾਂ ਟੈਂਕਾਂ ਦੇ ਨਾਲ ਸਮੁੱਚੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਸੀਗਾ। ਇਸ ਤੋਂ ਪਹਿਲਾਂ ਵੀ ਦਾਸ ਨੇ ਕਈ ਸਾਰੇ ਮਾਡਲ ਬਣਾਏ ਸਨ, ਲੇਕਿਨ ਇਹ ਜੋ ਮਾਡਲ ਤਿਆਰ ਕੀਤਾ ਹੈ ਆਸਟ੍ਰੇਲੀਆ ਦੀ ਧਰਤੀ 'ਤੇ ਤਿਆਰ ਕੀਤਾ, ਜੋ ਕਿ ਵੱਖ-ਵੱਖ ਜਥੇਬੰਦੀਆਂ ਦੀ ਜੋ ਸ਼ਲਾਘਾਯੋਗ ਕਦਮ ਦੇ ਸਦਕਾ ਇਹ ਤਿਆਰ ਕੀਤਾ। ਬਹੁਤ ਸਾਰੀਆਂ ਸੰਗਤਾਂ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਇਹ ਮਾਡਲ ਤਿਆਰ ਕੀਤਾ ਜਾਵੇ। ਸੋ ਇਹ ਜੋ 1984 ਦਾ ਜੋ ਦਰਦਨਾਕ ਭਾਣਾ ਹੈ ਜੋ ਸਾਡੀ ਕੌਮ ਨਾਲ ਵਾਪਰਿਆ, ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਕੋਹ-ਕੋਹ ਕੇ ਸ਼ਹੀਦ ਕੀਤੇ ਗਏ, ਮਾਤਾਵਾਂ ਬੀਬੀਆਂ ਚੜ੍ਹਦੀ ਕਲਾ ਵਾਲੇ ਜੋ ਸੂਰਮੀਰ ਯੋਧੇ ਹੈ ਸਿੱਖ ਕੌਮ ਦੇ ਜਰਨੈਲ ਹੈ ਉਹਨਾਂ ਨੂੰ ਵੀ ਸ਼ਹਾਦਤਾਂ ਪ੍ਰਾਪਤ ਕਰਨੀਆਂ ਪਈਆਂ, ਲੇਕਿਨ ਉਹਨਾਂ ਨੇ ਸਰਕਾਰਾਂ ਦੇ ਅੱਗੇ ਆਪਣੇ ਗੋਡੇ ਨਹੀਂ ਟੇਕੇ। ਅਤੇ ਉਸ ਦ੍ਰਿਸ਼ ਨੂੰ ਦਰਸਾਉਂਦਾ ਕਿ ਕਿਸ ਤਰ੍ਹਾਂ ਸਾਰੀ ਇਮਾਰਤ ਢਹਿ-ਢੇਰੀ ਕਰ ਦਿੱਤੀ ਗਈ ਸੀਗੀ, ਬੁਰੇ ਹਾਲਤ ਦੇ ਵਿੱਚ ਖੰਡਰ ਰੂਪ ਬਣਾ ਦਿੱਤਾ ਗਿਆ ਸੀਗਾ। ਉਹ ਦਰਦ ਨੂੰ ਪੇਸ਼ ਕਰਨ ਲਈ ਮਾਡਲ ਤਿਆਰ ਕੀਤਾ ਗਿਆ, ਜਿਸ ਨੂੰ ਕਿ ਰੋਜ਼ ਲਗਾਤਾਰ ਮਿਹਨਤ ਤੋਂ ਬਾਅਦ, ਕਾਫੀ ਦਿਨਾਂ ਦੀ ਮਿਹਨਤ ਤੋਂ ਬਾਅਦ, ਤਕਰੀਬਨ 20-25 ਦਿਨਾਂ ਦੀ ਮਿਹਨਤ ਤੋਂ ਬਾਅਦ ਮਾਡਲ ਤਿਆਰ ਹੋਇਆ। ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿੱਥੇ ਘੱਲੂਘਾਰੇ ਨੂੰ ਬਹੁਤ ਨਮ ਅੱਖਾਂ ਦੇ ਨਾਲ ਮਨਾਉਂਦੀਆਂ ਨੇ, ਕਿਉਂਕਿ 40 ਸਾਲ ਹੋ ਚੁੱਕੇ ਨੇ ਇਹ ਕੌਮੀ ਦਰਦ ਨੂੰ ਝੱਲਦਿਆਂ ਸਿੱਖ ਪੰਥ ਨੂੰ, ਅਤੇ ਉਹ ਦਰਦ ਨੂੰ ਦਰਸਾਉਂਦਿਆਂ ਪੂਰੀ ਦੁਨੀਆ ਦੇ ਵਿੱਚ ਸੁਨੇਹਾ ਹੈ ਕਿ ਸਾਡੇ ਸਿੱਖ ਕੌਮ ਦੇ ਨਾਲ ਜੋ ਵਾਪਰਿਆ ਅੱਜ ਤੱਕ ਸਾਨੂੰ ਉਹਦਾ ਇਨਸਾਫ਼ ਨਹੀਂ ਮਿਲਿਆ। ਚੋਣਾਂ ਖਤਮ ਹੁੰਦੇ ਹੀ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਨੇ ਕੌਮੀ ਸ਼ਾਹ ਮਾਰਗਾਂ ਦੇ ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵਿੱਚ 5% ਦਾ ਵਾਧਾ ਕੀਤਾ ਹੈ, ਜਿਸ ਨਾਲ ਵਾਹਨ ਚਾਲਕਾਂ ਦੀ ਜੇਬ 'ਤੇ ਹੋਰ ਵਾਧੂ ਬੋਝ ਪਵੇਗਾ। ਸਕੂਲਾਂ ਵਿੱਚ ਛੁੱਟੀਆਂ ਵੀ ਨੇ ਅਤੇ ਪੂਰੇ ਉੱਤਰੀ ਭਾਰਤ ਵਿੱਚ ਬਹੁਤ ਜ਼ਿਆਦਾ ਗਰਮੀ ਵੀ ਪੈ ਰਹੀ ਹੈ। ਲੋਕ ਮੈਦਾਨੀ ਇਲਾਕਿਆਂ ਤੋਂ ਪਹਾੜੀ ਇਲਾਕਿਆਂ ਦਾ ਰੁੱਖ ਕਰ ਰਹੇ ਨੇ। ਗੱਲ ਸ਼੍ਰੀ ਕਰਤਾਰਪੁਰ ਸਾਹਿਬ ਦੇ ਪਿੰਡ ਮੋੜਾ ਵਿਖੇ ਲੱਗੇ ਟੋਲ ਪਲਾਜ਼ਾ ਦੀ ਕਰ ਲਈਏ ਤਾਂ ਇਸੇ ਟੋਲ ਪਲਾਜ਼ਾ ਤੋਂ ਹੋ ਕੇ ਲੋਕ ਜਿਹੜੇ ਨੇ ਉਹ ਮਨਾਲੀ, ਕੁੱਲੂ, ਸ਼ਿਮਲਾ ਵਰਗੇ ਪਹਾੜੀ ਇਲਾਕਿਆਂ ਨੂੰ ਜਾਂਦੇ ਨੇ। ਪਰ ਹੁਣ ਇਸ ਟੋਲ ਪਲਾਜ਼ੇ ਤੋਂ ਗੁਜ਼ਰਨ ਵਾਲੇ ਸੈਲਾਨੀਆਂ ਨੂੰ ਟੋਲ ਦੀਆਂ ਨਵੀਆਂ ਕੀਮਤਾਂ ਚੁਕਾ ਕੇ ਜਾਣਾ ਪਵੇਗਾ। ਸ਼੍ਰੀ ਕੀਰਤਪੁਰ ਸਾਹਿਬ ਨਾਲੀ ਹਾਈਵੇ 'ਤੇ ਲੱਗੇ ਟੋਲ ਪਲਾਜ਼ਾ ਦੇ ਮੈਨੇਜਰ ਦੇ ਮੁਤਾਬਕ ਹਰ ਸਾਲ 1 ਅਪ੍ਰੈਲ ਨੂੰ ਨਵੇਂ ਵਧੇ ਹੋਏ ਰੇਟ ਲਾਗੂ ਕੀਤੇ ਜਾਂਦੇ ਨੇ, ਪਰ ਇਸ ਵਾਰ ਚੋਣ ਜ਼ਾਬਤਾ ਲੱਗਾ ਹੋਣ ਕਰਕੇ 1 ਅਪ੍ਰੈਲ ਨੂੰ ਨਵੇਂ ਰੇਟ ਲਾਗੂ ਨਹੀਂ ਹੋ ਸਕੇ, ਜਿਸ ਕਾਰਨ ਚੋਣਾਂ ਤੋਂ ਤੁਰੰਤ ਬਾਅਦ
ਨਵੀਆਂ ਕੀਮਤਾਂ ਲਾਗੂ ਕੀਤੀਆਂ ਗਈਆਂ ਨੇ। ਹਰ ਇੱਕ ਸਾਲ ਜੈਸਾ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਟੋਲ ਕਾ ਰੇਟ ਬੜਾਤੀ ਹੈ, ਇਸ ਸਾਲ ਵੀ ਰਾਤ ਕੋ 3 ਵਜੇ 3 ਤਾਰੀਖ ਕੋ ਰਾਤ ਕੋ 12 ਵਜੇ ਸੇ ਬੜਾਇਆ ਗਿਆ ਹੈ। ਯਹਾਂ ਕਾਰ ਕਾ ਰੇਟ 150 ਥਾ, 5 ਰੁਪਿਆ ਬੜਾਇਆ ਗਿਆ ਹੈ, ਉਹ 155 ਕਰ ਦਿਆ ਗਿਆ ਹੈ। ਇਸੀ ਪ੍ਰਕਾਰ ਗਾੜੀਓ ਕਾ, ਮਤਲਬ ਬੜੇ ਗਾੜੀਓ ਕਾ, ਬੱਸ ਕਾ ਇਸੀ ਪ੍ਰਕਾਰ ਬੜਾਇਆ ਗਿਆ ਹੈ। ਔਰ ਯੇ ਹਰੇਕ ਟੋਲ ਮੇ ਬੜਾਇਆ ਜਾਂਦਾ ਹੈ। ਹਿੰਦੁਸਤਾਨ ਕੇ ਜਿਤਨੇ ਟੋਲ ਹੈ ਅੱਜ ਕੇ ਹੀ ਦਿਨ ਬੜਾਇਆ ਗਿਆ ਹੈ। ਟਾਂਡਾ ਉੜਮੁੜ ਦੇ ਪਿੰਡ ਦਾਤਾ ਵਿਖੇ ਭਾਰਤੀ ਜਲ ਸੈਨਾ ਦੇ ਲੈਫਟੀਨੈਂਟ ਅਰੁਣ ਵੀਰ ਸਿੰਘ ਦੇ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। 24 ਸਾਲ ਦੇ ਲੈਫਟੀਨੈਂਟ ਅਰੁਣ ਵੀਰ ਸਿੰਘ ਦਾ ਬੀਤੇ ਦਿਨ ਗੋਆ ਵਿਖੇ ਦਰਦਨਾਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਅਰੁਣ ਵੀਰ ਸਿੰਘ 2020 ਦੇ ਵਿੱਚ ਨੇਵੀ 'ਚ ਬਤੌਰ ਸਬ ਲੈਫਟੀਨੈਂਟ ਭਰਤੀ ਹੋਏ ਸਨ। ਜਲ ਸੈਨਾ ਦੇ ਅਧਿਕਾਰੀਆਂ, ਪਰਿਵਾਰਕ ਮੈਂਬਰਾਂ, ਸਥਾਨਕ ਪ੍ਰਸ਼ਾਸਨ ਨੇ ਅਰੁਣ ਵੀਰ ਸਿੰਘ ਨੂੰ ਸਲਾਮੀ ਦਿੱਤੀ ਅਤੇ ਪਿੰਡ ਵਾਸੀਆਂ ਨੇ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਨੇ ਵੀ ਲੈਫਟੀਨੈਂਟ ਅਰੁਣ ਵੀਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅੰਤਿਮ ਵਿਦਾਈ ਮੌਕੇ ਇਲਾਕੇ ਦੇ ਰਾਜਨੀਤਿਕ, ਧਾਰਮਿਕ ਸ਼ਖਸੀਅਤਾਂ ਸਮੇਤ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ। ਅੱਜ ਬਹੁਤ ਹੀ ਸਾਡੇ ਇਲਾਕੇ ਦਾ ਹੋਣਹਾਰ ਗਭਰੂ ਸੈਦਪੁਰ ਦਾਤੇ ਦਾ, ਜੋ ਕਿ ਨੇਵੀ ਦੇ ਵਿੱਚ ਲੈਫਟੀਨੈਂਟ ਸੀਗਾ, ਐਕਸੀਡੈਂਟ ਦੇ ਕਾਰਨ ਉਹਦੀ ਮੌਤ ਕਹਿ ਲਈਏ ਅਚਾਨਕ ਹੋ ਗਈ ਆ। ਔਰ ਪੂਰੇ ਇਲਾਕੇ ਦੇ ਵਿੱਚ ਬੜਾ ਸ਼ੋਕ ਵਾਲੀ ਲਹਿਰ ਆ ਕਿ ਅਨਮੈਰਿਡ ਸੀ, 24 ਸਾਲ ਦੀ ਉਮਰ ਸੀਗੀ, ਦੋ ਭਰਾ, ਇੱਕ ਕਨੇਡਾ ਰਹਿੰਦਾ ਸੀ, ਇੱਕ ਇੱਥੇ ਸੀ, ਪਿਤਾ ਫੌਜ ਦੇ ਵਿੱਚ ਹੀ ਸੀਗੇ, ਤਾਂ ਸੈੱਟ ਕਰਕੇ ਪਰਿਵਾਰ ਨੂੰ ਪਿੰਡ ਇੱਥੇ ਮੂਵ ਹੋਏ ਸੀਗੇ। ਤਾਂ ਅੱਜ ਕੋਈ ਵੀ ਅੱਖ ਇੱਦਾਂ ਦੀ ਨਹੀਂ ਸੀ ਜਿਹੜੀ ਨਾ ਭਰੀ ਹੋਵੇ, ਪਰ ਪਰਮਾਤਮਾ ਕਿਰਪਾ ਕਰੇ ਜਿਉਂਦੇ ਜੀ ਮਾਂ ਬਾਪ ਨੂੰ ਜਦੋਂ ਬੱਚੇ ਦੀ ਲਾਸ਼ ਮੋਢੇ 'ਤੇ ਚੱਕਣੀ ਪੈਂਦੀ, ਇਹਦੇ ਨਾਲ ਹੋਰ ਕੋਈ ਪਿਆਰਾ ਦੁੱਖ ਨਹੀਂ ਹੁੰਦਾ। ਮੈਂ ਤਾਂ ਉਸ ਪ੍ਰਭੂ ਦੇ ਚਰਨਾਂ 'ਚ ਅਰਦਾਸ ਕਰੂੰਗਾ, ਸੱਚੇ ਪਾਤਸ਼ਾਹ ਇਹਨਾਂ ਨੂੰ ਬਲ ਦੇਵੇ, ਹਿੰਮਤ ਦੇਵੇ, ਜੇ ਇੱਦਾਂ ਦਾ ਦੁੱਖ ਪਾਇਆ ਤਾਂ ਕਟਾਉਣਾ ਵੀ ਸੱਚੇ ਪਾਤਸ਼ਾਹ ਨੇ ਹੀ ਆ, ਉਹਦੀ ਕਿਰਪਾ ਤੋਂ ਬਿਨਾਂ ਤਾਂ ਦੁੱਖ ਨਹੀਂ ਕੱਟਿਆ ਜਾਂਦਾ। ਇਹ ਮੇਰਾ ਬੇਟਾ ਗੋਆ ਕਾਰੋਬਾਰ, ਇਹਦਾ ਸ਼ਿਪ ਸੀ, ਉਹਦੇ ਵਿੱਚ ਡਿਪਲੋਇਡ ਸੀ INS ਤੇਗ, ਔਰ ਉਹਨੂੰ ਜੁਆਇਨ ਕਰਨ ਵਾਸਤੇ ਗੋਆ ਤੋਂ ਜਾ ਰਿਹਾ ਸੀ। ਸਵੇਰੇ 6:30 ਵਜੇ ਇਹਨਾਂ ਦਾ ਐਕਸੀਡੈਂਟ ਹੋ ਗਿਆ, ਇਹਦੇ ਨਾਲ ਦੋ ਅਫਸਰ ਹੋਰ ਸੀ। ਅੱਛਾ। ਤੇ ਉਹ ਦੋਨਾਂ ਤਿੰਨਾਂ ਦੇ ਵਿੱਚ ਉਹ ਦੋਨਾਂ ਦੀ ਮੌਤ ਹੋ ਗਈ, ਮੇਰੇ ਬੇਟੇ ਦੀ ਔਰ ਇੱਕ ਲੈਫਟੀਨੈਂਟ ਕਮਾਂਡਰ ਗੁਸਾਈ ਸਾਹਿਬ ਸੀ, ਉਹਦੀ ਡੈਥ ਹੋ ਗਈ ਹੈ ਔਨ ਦੀ ਸਪੋਟ। ਔਰ ਜੋ ਡਰਾਈਵ ਕਰ ਰਿਹਾ ਸੀ ਸਬ ਲੈਫਟੀਨੈਂਟ ਉਹ ਕ੍ਰਿਟੀਕਲ ਕੰਡੀਸ਼ਨ। ਰਾਜਪੁਰਾ ਅੰਬਾਲਾ ਰੋਡ 'ਤੇ ਸਥਿਤ ਇੱਕ ਟਾਵਰ ਕੰਪਨੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੰਪਨੀ ਵਿੱਚ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਇਹਨਾਂ ਕਰਮਚਾਰੀਆਂ ਨੇ ਕੰਪਨੀ ਦੇ ਗੇਟ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਰਮਚਾਰੀਆਂ ਦੇ ਸੰਘਰਸ਼ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਕਿਸਾਨ ਜਥੇਬੰਦੀਆਂ ਵੀ ਉਹਨਾਂ ਦੇ ਹੱਕ ਵਿੱਚ ਆ ਕੇ ਖੜ ਗਈਆਂ। ਕੰਪਨੀ ਨੇ ਹਾਈਵੇ ਨੂੰ ਲੈ ਕੇ ਕਰਮਚਾਰੀਆਂ ਵੱਲੋਂ ਥਾਣਾ ਸੰਭੂ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਸੀ। ਕੰਪਨੀ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਪ੍ਰਦਰਸ਼ਨ ਕਰ ਰਹੇ ਕੱਢੇ ਗਏ ਕਰਮਚਾਰੀਆਂ ਨੂੰ ਜਲਦ ਹੀ ਮੁੜ ਬਹਾਲ ਕਰਨ ਦਾ ਭਰੋਸਾ ਦੇ ਕੇ ਧਰਨੇ ਨੂੰ ਸ਼ਾਂਤ ਕਰਵਾਇਆ ਗਿਆ। ਅਸੀਂ 2008 ਤੋਂ ਕੰਮ ਕਰਦੇ ਆ ਰਹੇ ਹਾਂ ਜੀ। ਅੱਜ ਤੱਕ ਕੰਪਨੀ ਨੇ ਜਿੰਨੇ ਵੀ ਵੈਂਡਰ ਹਾਇਰ ਕੀਤੇ ਜੀ, ਅੱਜ ਤੱਕ 5 ਵੈਂਡਰ ਹਾਇਰ ਕੀਤੇ ਇਹਨਾਂ ਨੇ ਜੀ। ਸਭ ਤੋਂ ਪਹਿਲਾਂ ਨੇ ਕੀਤੀ ਸਿਗਮਾ ਜੀ, ਉਸ ਤੋਂ ਬਾਅਦ ਕੀਤੀ ਇਹਨਾਂ ਨੇ ਓਮ ਟੈਲੀਕੋਮ ਜੀ, ਉਸ ਤੋਂ ਬਾਅਦ ਸਪੇਅਰ ਜੀ, ਉਸ ਤੋਂ ਬਾਅਦ FM।
ਅਤੇ ਹੁਣ ਇਹਨਾਂ ਨੇ ਕੀਤੀ ਹੈ ਬੀ ਪੀ ਐਲ ਰਜਿਸਟਰੀ ਕੀਤੀ ਹੈ ਜੀ। ਪੁਰਾਣੀ ਕੰਪਨੀ ਜਿੰਨੀਆਂ ਵੀ ਆਈਆਂ ਸਰ, ਕਿਸੇ ਬੰਦੇ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ, ਸਾਰਾ ਸਟਾਫ ਐਜ ਇਟ ਇਜ਼ ਜੋ ਹੁੰਦਾ ਸੀ ਸਰ, ਚਾਹੇ ਉਹ ਸਟਾਫ ਸੀ, ਚਾਹੇ ਲੇਬਰ ਸੀ, ਚਾਹੇ ਸਫਾਈ ਵਾਲੇ ਸੀ, ਸਾਰੇ ਉਹੀ ਰੱਖ ਲਿੱਤੇ ਜਾਂਦੇ ਸੀ। ਪਰ ਸਰ ਇੱਕ ਇਹੋ ਜਿਹਾ ਅਫਸਰ ਹੈ ਜੀ 2023 ਤੋਂ, ਜਿਹਦਾ ਨਾਮ ਵਿਕਰਾਸ ਸ਼ਾਸਤਰੀ ਹੈ ਜੀ। ਉਹ ਬੰਦਾ ਪੰਜਾਬੀ ਬੰਦੇ ਨੂੰ ਲਾਇਕ ਨਹੀਂ ਕਰਦਾ। ਸਭ ਤੋਂ ਪਹਿਲਾਂ ਸਰ ਜਦੋਂ ਉਹ ਆਇਆ ਸੀ ਤਾਂ ਉਸ ਬੰਦੇ ਨੇ ਆਉਣ ਸਾਰ ਮੈਨੂੰ ਮੇਰੇ ਦਮਾਲੇ ਬਾਰੇ ਇਹ ਗੱਲ ਕਹੀ ਸੀ ਕਿ ਤੂੰ ਇਹ ਬੰਨ ਕੇ ਨਾ ਆਇਆ ਕਰ, ਤੂੰ ਖਾਲਿਸਤਾਨੀ ਲੱਗਦਾ। ਮੇਰਾ ਜਵਾਬ ਸੀ ਕਿ ਮੈਂ ਹੈ ਹੀ ਖਾਲਿਸਤਾਨੀ ਹਾਂ ਜੀ, ਜਿਹੜੇ ਪੰਜਾਬੀ ਬੰਦਾ ਉਹਨੂੰ ਖਾਲਿਸਤਾਨੀ ਕਿਹਾ ਜਾਂਦਾ। ਉਸ ਤੋਂ ਬਾਅਦ ਸਰ ਮੈਂ ਆਪਣੇ ਮੈਨੇਜਰ ਨੂੰ ਦੀ ਕੰਪਲੇਂਟ ਦਿੱਤੀ ਜੀ, ਪਰ ਮੈਨੇਜਰ ਸਾਹਿਬ ਨੇ ਮੈਨੂੰ ਕਿਹਾ, ਕਹਿੰਦਾ ਵੀ ਖਾਲਸਾ ਜੀ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਿਓ, ਵੀ ਇਹ ਬੰਦੇ ਨੂੰ ਪਤਾ ਨਹੀਂ ਹੈ ਦਿਮਾਗ ਕੀ ਚੀਜ਼ ਹੈ। ਸੋ ਸਰ ਮੈਂ ਉਹਨੂੰ ਸੈਡ ਕਰਤਾ ਉਸ ਚੀਜ਼ ਨੂੰ, ਤਾਂ ਉਹਨੇ ਇੱਕ ਮਹੀਨੇ ਦੇ ਵਿੱਚ ਵਿੱਚ ਮੇਰੀ ਟ੍ਰਾਂਸਫਰ ਕਰਤੀ, ਜਿਹਦਾ ਮੇਰੇ ਕੋਲ ਪ੍ਰੂਫ ਪਿਆ ਜੀ। ਟ੍ਰਾਂਸਫਰ ਕਰਨ ਤੋਂ ਬਾਅਦ 7-8 ਮਹੀਨੇ ਮੈਂ ਲਾਇਆ ਜੀ, ਮੇਰੇ ਬੱਚੇ ਮੇਰੇ ਬਰਾਬਰ ਦੇ ਆ। ਮੇਰੀ ਟ੍ਰਾਂਸਫਰ ਸਰ ਹਿਮਾਚਲ ਬਿਲਾਸਪੁਰ ਦੀ ਕਰਤੀ ਸੀ ਇਹਨਾਂ ਨੇ ਜੀ। 7-8 ਮਹੀਨੇ ਮੈਂ ਉੱਥੇ ਲਗਾਏ ਜੀ, ਉੱਥੇ ਮੈਨੂੰ ਟੈਨਸ਼ਨ ਦੇ ਬਾਰੇ ਅਟੈਕ ਦੀ ਸ਼ਿਕਾਇਤ ਆਈ ਜੀ, ਜਿਹਦੇ ਕਾਰਨ ਮੈਂ ਨੀਲਮ ਹਸਪਤਾਲ 2 ਮਹੀਨੇ ਦਾਖਲ ਰਿਹਾ ਜੀ। ਤਾਂ ਦੁਬਾਰਾ ਮੇਰੀ ਟ੍ਰਾਂਸਫਰ ਇੱਥੇ, ਟ੍ਰਾਂਸਫਰ ਨਹੀਂ ਹੋਈ ਸੀ, ਬਰਵਲੀ ਬਲਿੰਗ ਤੋਂ ਬੁਲਾ ਲਿਆ ਗਿਆ ਸੀ ਕਿ ਤੁਸੀਂ ਰਾਜਪੁਰੇ ਕੰਮ ਕਰੋ ਜੀ। ਉਹਦਾ ਕੋਈ ਮੈਨੂੰ ਲੈਟਰ ਨਹੀਂ ਦਿੱਤਾ ਗਿਆ ਸੀ, ਔਰ ਉਹਦੇ ਪਿੱਛੇ ਰੀਜਨ ਸਰ ਇੱਕੋ ਬੰਦੇ ਸੀ, ਉਹ ਵਿਕਰਾਂਤ ਸ਼ਾਸਤਰੀ ਹੈ ਜੀ, ਜੋ ਗੁਜਰਾਤ ਦਾ ਰਹਿਣ ਵਾਲਾ ਜੀ। ਉਹ ਸਰਦਾਰ ਬੰਦਿਆਂ ਨੂੰ ਬਿਲਕੁਲ ਹੀ ਲਾਇਕ ਕਰਦਾ, ਸਾਡੇ ਤੋਂ ਸਰ ਕੰਮ ਲਿਆ ਜਾਂਦਾ ਸੀ, 18-18, 20-20 ਘੰਟੇ ਕੰਮ ਲਿਆ ਜਾਂਦਾ ਸੀ, ਔਨ ਰਿਕਾਰਡ ਹੈ ਜੀ ਉਹ, ਕੈਮਰੇ ਵੀ ਲੱਗੇ ਹੋਏ, ਰਜਿਸਟਰੀ ਲੱਗੇ ਹੋਏ ਆ। ਸੈਲਰੀ ਸਾਨੂੰ 8 ਘੰਟੇ ਦੀ ਮਿਲਦੀ ਸੀ, ਉਸ 2023 ਤੋਂ ਪਹਿਲਾਂ ਸਾਨੂੰ ਸਰ ਖਾਣਾ ਮਿਲ ਜਾਂਦਾ ਸੀ, ਜਿੰਨੇ ਬੰਦੇ ਰਾਤ ਨੂੰ ਲੇਟ ਰੁਕਦੇ ਸੀ। ਪਰ ਜਿਸ ਦਿਨ ਤੋਂ ਵਿਕਰਾਂਤ ਸ਼ਾਸਤਰੀ ਆਇਆ ਜੀ, ਇਸ ਬੰਦੇ ਨੇ ਆ ਕੇ ਖਾਣਾ ਹੀ ਬੰਦ ਕਰਤਾ ਜੀ ਉਹ। ਅਤੇ ਤੁਹਾਨੂੰ ਕਿਉਂ ਬਾਹਰ ਕੱਢ ਦਿੱਤਾ ਗਿਆ? ਸਾਨੂੰ ਵੀ ਕਹਿੰਦੇ ਜੀ ਲੈਕ ਨਹੀਂ ਕਰਦੇ ਰੱਖਦੇ, ਉਹਨਾਂ ਨੂੰ ਪਤਾ ਹੋਵੇ ਜੀ, ਸਾਨੂੰ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ ਹੈਗਾ। ਕਿੰਨੇ ਚਿਰ ਤੋਂ ਕੰਮ ਕਰ ਰਹੇ? ਮੈਨੂੰ 5 ਸਾਲ ਹੋ ਗਏ ਜੀ। ਕਿੰਨੀ ਤਨਖਾਹ ਦਿੰਦੇ? ਸਾਡੀ 10,700। ਅਤੇ ਕਿੰਨੇ ਹੋਰ ਤੁਹਾਡੇ ਨਾਲ ਕੰਮ ਕਰਨ ਵਾਲੇ ਨੇ? ਅਸੀਂ ਸਫਾਈ ਵਾਲੇ 3 ਸੀਗੇ ਜੀ, ਇੱਕ ਮੁੰਡਾ ਚਾਹ ਵਾਲਾ ਸੀ। ਸਾਰਿਆਂ ਨੂੰ ਕੱਢਦੇ? ਹਾਂਜੀ ਸਾਰਿਆਂ। ਕੀ ਮੰਗ ਕਰਦੇ ਹੋ? ਇਹੀ ਮੰਗ ਕਰਦੇ ਹਾਂ ਜੀ, ਸਾਨੂੰ ਸਾਡੀ ਨੌਕਰੀ ਦਿੱਤੀ ਜਾਵੇ। ਪੰਜਾਬ ਸਰਕਾਰ ਤਾਂ ਦਾਅਵੇ ਕਰਦੀ ਹੈ ਵੀ ਬਾਹਰੋਂ ਲੈ ਕੇ ਅਸੀਂ ਫੈਕਟਰੀ ਲਿਆ ਕੇ ਇੱਥੇ ਲੋਕ ਰੁਜ਼ਗਾਰ ਦੇ ਰਹੇ ਹਾਂ, ਤੇ ਤੁਹਾਨੂੰ ਇਹ ਤੋਂ ਪੰਜਾਬ ਵਾਲਿਆਂ ਨੂੰ ਬਾਹਰ ਕੱਢਿਆ ਜਾ ਰਿਹਾ? ਬਾਹਰ ਕੱਢਿਆ ਜਾ ਰਿਹਾ। ਭਾਰਤੀ ਕਿਸਾਨ ਜੋ ਲੱਖੋਵਾਲ ਤੋਂ, ਮੈਂ ਸੀਨੀਅਰ ਮੀਤ ਪ੍ਰਧਾਨ ਗੁਰਿੰਦਰ ਸਿੰਘ ਬੱਬੂ ਰਾਜਪੁਰ। ਰਾਜਪੁਰ ਦੇ ਨਾਲ ਬਿਲਕੁਲ ਇੱਕ ਇੰਡਸ ਟਾਵਰਸ ਵੇਅਰ ਹਾਊਸ ਹੈ ਕੰਪਨੀ, ਇਹਦੇ ਵਿੱਚ ਸਾਡੇ ਲੋਕਲ ਜਿੰਨੇ ਵੀ ਬੰਦੇ ਇੱਥੇ ਜਾਂ ਸਾਡੇ ਭੈਣਾਂ ਨੇ ਕੰਮ ਕਰਦੇ ਨੇ, ਇਹਨਾਂ ਨੂੰ ਬਿਨਾਂ ਨੋਟਿਸ ਦਿੱਤੇ ਗਏ, ਉਹ ਬਿਨਾਂ ਕਾਰਨ ਤੋਂ ਇਹਨਾਂ ਨੂੰ ਕੋਈ ਨਾ ਟੈਂਡਰ ਚੇਂਜ ਹੋਇਆ ਅਤੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਔਰ ਘੱਟੋ ਘੱਟ 2008 ਤੋਂ ਲੈ ਕੇ ਹੁਣ 2024 ਤੱਕ ਇਹ ਕੰਮ ਕਰ ਰਹੇ ਨੇ। ਜਦੋਂ ਬਿਨਾਂ ਕਾਰਨ ਤੋਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਏਗਾ ਤਾਂ ਪੰਜਾਬੀ ਫਿਰ ਕਿੱਥੇ ਜਾਣਗੇ? ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ, ਅਤੇ ਬਾਹਰ ਦੀਆਂ ਜਿਹੜੀਆਂ ਇੰਡਸਟਰੀਆਂ ਨੇ, ਅਤੇ ਅਸੀਂ ਸਟੀਲ ਫੈਕਟਰੀ ਲਾ ਲਈ, ਅਸੀਂ ਵਗੈਰਾ ਫੈਕਟਰੀ ਲਗਾ ਲਈ, ਅਤੇ ਪੰਜਾਬ ਨੂੰ ਅਸੀਂ ਕੰਮ ਦੇ ਰਹੇ ਹਾਂ। ਪਰ ਦੂਜੇ ਪਾਸੇ ਪੰਜਾਬ ਦੇ, ਮਤਲਬ ਜਿਹਨੂੰ ਆਪਾਂ ਗੇਟਵੇ ਆਫ ਪੰਜਾਬ ਕਹਿੰਦੇ ਹਾਂ, ਉਹਦੇ ਵਿੱਚੋਂ ਹੀ ਅਸੀਂ ਬੰਦੇ ਬਾਹਰ ਕੱਢ ਰਹੇ ਹਾਂ, ਅਤੇ ਪ੍ਰਵਾਸੀ ਬੰਦਿਆਂ ਨੂੰ ਅਸੀਂ ਇੱਥੇ ਤਜਵਜੋ ਦੇ ਕੇ ਪਹਿਲਾਂ ਰੱਖ ਰਹੇ ਹਾਂ। ਅਤੇ ਕੋਈ ਜੇ ਇਹਨਾਂ ਦਾ MD ਸਾਹਿਬ ਨੇ ਕੋਈ ਸ਼ਾਸਤਰੀ ਸਾਹਿਬ, ਸੋ ਉਹਨਾਂ ਦਾ ਵੀ ਕੋਈ ਇਸ ਤਰ੍ਹਾਂ ਵਿਕਤਰਾ ਦੇਖਣ ਨੂੰ ਮਿਲਿਆ ਵੀ ਪੰਜਾਬੀਆਂ ਨੂੰ ਇਹ ਇਗਨੋਰ ਕਰ ਰਹੇ ਹੈ। ਕੰਪਨੀ ਨੇ ਕਿ ਇਹਨੇ ਇੰਪਲਾਈ ਸੀ ਰੱਖੇ ਹੋਏ ਸੀ ਪਹਿਲਾਂ, ਵੀ ਇਹਨਾਂ ਦਾ ਜਿਹੜਾ ਕੰਟੈਕਟ ਸੀ ਉਹ ਕੰਟੈਕਟ ਖਤਮ ਹੋ ਗਿਆ, ਨਵਾਂ ਕੰਟੈਕਟਰ ਆਇਆ, ਵੀ ਉਹਨਾਂ ਅੱਗੇ ਰੱਖਣੇ, ਉਹਨਾਂ ਨੂੰ ਵੀਰਵਾਰ ਦਾ ਟਾਈਮ ਲਿਆ ਵੀ ਵੀਰਵਾਰ ਨੂੰ ਆ ਕੇ ਅਸੀਂ ਇਹਨਾਂ ਨੂੰ ਐਡਜਸਟਮੈਂਟ ਕਰ ਦੇਵਾਂਗੇ। ਜੇਕਰ ਇਹਨਾਂ ਨੇ ਕਿਹਾ ਕਿ ਜੇ ਨਹੀਂ ਐਡਜਸਟਮੈਂਟ ਕਰਦੇ ਕਿਸਾਨ ਜਿਹੜੇ ਨੇ ਉਹ ਵੱਡੇ ਪੱਧਰ ਦੇ ਉੱਤੇ ਧਰਨਾ ਲਾਉਣਗੇ, ਚਲੋ ਉਹਦੇ ਇਹਨਾਂ ਦੀ ਮਰਜ਼ੀ, ਜੋ ਮਰਜ਼ੀ ਕਰ ਸਕਦੇ ਆਪਾਂ, ਜਾਂ ਇਹਨਾਂ ਨੇ ਆਪਾਂ ਨੂੰ ਵਿਸ਼ਵਾਸ ਦਵਾਇਆ ਕਿ ਵੀਰਵਾਰ ਨੂੰ ਅਸੀਂ ਆਪਣਾ ਆ ਕੇ ਸਾਡਾ ਕੰਟੈਕਟ ਆਊਗਾ, ਬਿਨਾਂ ਐਡਜਸਟਮੈਂਟ ਕੀਤੀ ਜਾਵੇ ਸਾਡੀ। ਜਲੰਧਰ ਨੈਸ਼ਨਲ ਹਾਈਵੇ 'ਤੇ ਜਾ ਰਹੀ ਹਿਮਾਚਲ ਰੋਡਵੇਜ਼ ਦੀ ਬੱਸ ਨੂੰ ਅਚਾਨਕ ਅੱਗ ਲੱਗਣ ਨਾਲ ਬੱਸ ਦੇਖਦੇ ਹੀ ਦੇਖਦੇ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਈ। ਦੱਸਿਆ ਜਾ ਰਿਹਾ ਕਿ ਹਾਦਸਾ ਉਦੋਂ ਹੋਇਆ ਜਦੋਂ ਬੱਸ ਦਾ ਟਾਇਰ ਫਟਣ ਕਾਰਨ ਬੱਸ ਨੂੰ ਇੱਕਦਮ ਅੱਗ ਲੱਗ ਗਈ। ਜਿਵੇਂ ਹੀ ਬੱਸ ਨੂੰ ਅੱਗ ਲੱਗੀ ਤਾਂ ਬੱਸ ਵਿੱਚ ਮੌਜੂਦ ਸਵਾਰੀਆਂ 'ਚ ਤਰਥੱਲੀ ਮਚ ਗਈ, ਪਰ ਗਨੀਮਤ ਇਹ ਰਹੀ ਕਿ ਬੱਸ ਦਾ ਡਰਾਈਵਰ, ਕੰਡਕਟਰ ਅਤੇ ਸਾਰੀਆਂ ਸਵਾਰੀਆਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੀਆਂ।
ਜਿਸ ਸਮੇਂ ਹਾਦਸਾ ਵਾਪਰਿਆ ਉਸ ਵੇਲੇ ਬੱਸ ਵਿੱਚ 2 ਦਰਜਨ ਤੋਂ ਜ਼ਿਆਦਾ ਸਵਾਰੀਆਂ ਬੈਠੀਆਂ ਹੋਈਆਂ ਸਨ। ਹਿਮਾਚਲ ਰੋਡਵੇਜ਼ ਦੇ ਹਮੀਰਪੁਰ ਡੀਪੂ ਦੀ ਬੱਸ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ ਸੀ। ਸੂਚਨਾ ਮਿਲਣ ਤੇ ਮੌਕੇ ਤੇ ਫਾਇਰ ਬ੍ਰਿਗੇਡ ਸਮੇਤ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ, ਪਰ ਉਦੋਂ ਤੱਕ ਬੱਸ ਬੁਰੀ ਤਰ੍ਹਾਂ ਦੇ ਨਾਲ ਸੜ ਕੇ ਸਵਾਹ ਹੋ ਚੁੱਕੀ ਸੀ। ਘੰਟਾ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਐਸਐਚਓ ਸਾਹਿਬ ਦੇ ਰਾਹੀਂ ਕਿ ਹਿਮਾਚਲ ਰੋਡਵੇਜ਼ ਦੀ ਬੱਸ, ਪਹਿਲਾਂ ਤਾਂ ਇੰਨਾ ਹੀ ਪਤਾ ਲੱਗਿਆ ਕਿ ਬੱਸ ਨੂੰ ਅੱਗ ਲੱਗ ਗਈ ਹੈ ਜਾਂਦਿਆਂ ਜਾਂਦਿਆਂ ਕੋਠੀਆਂ ਦੇ ਲੱਗ ਕੇ। ਅਤੇ ਜਦੋਂ ਮੌਕੇ 'ਤੇ ਆ ਕੇ ਵੇਖਿਆ, ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਤਾਂ ਵੇਖਿਆ ਕਿ ਸ਼ਾਇਦ ਗੱਡੀ ਦਾ ਚਾਂਸਿਸ ਇਹ ਨੇ ਕਿ ਰਾਈਟ ਸਾਈਡ ਡਰਾਈਵਰ ਸਾਈਡ ਦਾ ਜਿਹੜਾ ਟਾਇਰ ਆ ਫਟ ਗਿਆ, ਇਸ ਕਾਰਨ ਗੱਡੀ ਨੂੰ ਜਿਹੜੀ ਆ ਅੱਗ ਲੱਗ ਗਈ ਆ। ਗੱਡੀ ਆ ਐਂਗਲਾਂ ਦੇ ਵਿੱਚ ਚੜ੍ਹੀ ਹੋਈ ਆ ਅਤੇ ਪਬਲਿਕ ਜਿਹੜੀ ਵਿੱਚ ਸਵਾਰੀਆਂ ਸੀਗੀਆਂ ਸਾਰੀਆਂ ਸੇਫ ਨੇ ਬਿਲਕੁਲ। ਕਿੰਨੇ ਦੇ ਕਰੀਬ ਸਵਾਰੀਆਂ ਸੀ ਪਤਾ ਲੱਗਿਆ ਕਿ 22-23 ਦੇ ਕਰੀਬ ਸਵਾਰੀਆਂ ਸੀਗੀਆਂ, ਜਿਹਦੇ ਵਿੱਚ ਇੱਕ ਲੇਡੀ ਦੇ ਮਾਮੂਲੀ ਜਿਹੀ ਜ਼ਖਮ ਆਇਆ, ਬਾਕੀ ਸਭ ਸਵਾਰੀਆਂ ਬਿਲਕੁਲ ਸੇਫ ਨੇ। ਕੀ ਕਹਿਣਾ ਹੈ ਕਿ ਗਰਮੀ ਨੂੰ ਜ਼ਿਆਦਾ ਲੈ ਕੇ ਕਿਤੇ ਇਸ ਤਰ੍ਹਾਂ ਦਾ? ਇਹ ਵੀ ਹੁਣ ਇਹੀ ਕਹਿ ਸਕਦੇ ਹਾਂ, ਗਰਮੀ ਅੱਜ ਬਹੁਤ ਜ਼ਿਆਦਾ ਟੈਂਪਰੇਚਰ 44-44 ਹੋ ਸਕਦਾ, ਉਹਦੇ ਕਰਕੇ ਵੀ ਇਹ ਜਿਹੜਾ ਇਹ ਵਾਕਿਆ ਵਾਪਰਿਆ ਹੋਵੇ। ਦਸੂਹਾ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ 21 ਸਾਲਾ ਸਕੂਟਰੀ ਸਵਾਰ ਲੜਕੀ ਨੂੰ ਟਰੱਕ ਨੇ ਦਰੜ ਦਿੱਤਾ। ਇਸ ਹਾਦਸੇ ਵਿੱਚ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਲੜਕੀ ਸੈਲੂਨ 'ਤੇ ਕੰਮ ਕਰਦੀ ਸੀ। ਹਾਦਸਾ ਉਦੋਂ ਵਾਪਰਿਆ ਜਦੋਂ ਲੜਕੀ ਐਕਟਿਵਾ 'ਤੇ ਆਪਣੇ ਸੈਲੂਨ ਵੱਲ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟਰੱਕ ਦਾ ਟਾਇਰ ਲੜਕੀ ਦੇ ਉੱਪਰੋਂ ਲੰਘ ਗਿਆ, ਜਿਸ ਨਾਲ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੇਖੋ ਜੀ, ਸਾਡੇ ਕੋਲ ਪ੍ਰਾਈਵੇਟ ਐਂਬੂਲੈਂਸ 'ਚ ਇੱਕ ਪੇਸ਼ੈਂਟ ਆਇਆ ਸੀਗਾ, ਅਨਨੋਨ ਪੇਸ਼ੈਂਟ ਸੀਗਾ, ਫੀਮੇਲ ਸੀਗੀ, ਯੰਗ ਏਜ ਸੀਗੀ, ਅਪਰੋਕਸੀਮੇਟਲੀ ਏਜ 20-30 ਦੇ ਵਿੱਚ ਸੀਗੀ ਉਹਦੀ ਏਜ। ਤਾਂ ਸਾਡੇ ਕੋਲ ਬਰੋਡ ਡੈਡ ਆਈ ਸੀਗੀ, ਤਾਂ ਕਹਿੰਦੇ ਹੈ ਕਿ ਉਹਦੇ ਟਰੱਕ ਦੇ ਨਾਲ ਟੱਕਰ ਵਗੈਰਾ ਹੋਈ ਹੈ, ਸਕੂਟੀ 'ਤੇ ਸੀਗੀ ਕੁੜੀ। ਤਾਂ ਸਾਡੇ ਕੋਲ ਬਰੋਡ ਡੈਡ ਆਈ ਹੈ ਤਾਂ ਅਸੀਂ ਅੱਗੇ PI ਭੇਜ ਦਿੱਤੀ ਹੋਈ ਹੈ, ਅਨਨੋਨ ਪੇਸ਼ੈਂਟ ਆ, ਸਾਨੂੰ ਨਹੀਂ ਪਤਾ ਕਿਸ ਏਰੀਏ ਦਾ ਰਹਿਣ ਵਾਲਾ, ਅਤੇ ਅਸੀਂ ਹੁਣ ਮੌਰਚੇ 'ਚ ਬੋਡੀ ਰਖਵਾ ਦਿੱਤੀ ਹੋਈ ਉਹਦੀ। ਜੋ ਵੀ ਉਹਦੀ ਅੱਗੋਂ ਇਨਫੋਰਮੇਸ਼ਨ ਹੋਏਗੀ, ਪੁਲਿਸ ਕਾਰਵਾਈ ਜੋ ਵੀ ਉਹ ਕਰਨਗੇ, ਉਸ ਹਿਸਾਬ ਨਾਲ ਉਹਦੇ ਅਗਰ ਅਟੈਂਡੈਂਟ ਜੋ ਵੀ ਉਹਦੇ ਮਦਰ ਫਾਦਰ ਆ ਕਿਤੋਂ ਵੀ ਸਾਨੂੰ ਪਤਾ ਲੱਗਦਾ ਅਤੇ ਉਹ ਉਹਨਾਂ ਨੂੰ ਉਦੋਂ ਹੈਂਡਓਵਰ ਕਰਨਾ ਨਹੀਂ ਸੀ। ਅੱਜ ਸਵੇਰੇ ਬੱਸ ਸਟੈਂਡ ਦਸੂਹਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ, ਇੱਕ ਸਕੂਟਰੀ ਅਤੇ ਟਰੱਕ ਦਾ, ਜਿਹਦੇ ਵਿੱਚ ਲੜਕੀ ਸੀ ਅੰਕਿਤਾ, ਡਾਟਰ ਆਫ ਮਨਜੀਤ ਸਿੰਘ, ਵਾਸੀ ਬੰਬਵਾਲ ਪਿੰਡ ਥਾਣਾ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ, ਉਮਰ ਕਰੀਬ 21 ਸਾਲ। ਉਹ ਆਪਣੇ ਸਲੂਨ ਵਿੱਚ ਕੰਮ ਕਰਦੀ ਸੀ, ਸਲੂਨ ਤੋਂ ਆਪਣੀ ਸਕੂਟਰੀ 'ਤੇ ਕਿਤੇ ਬਾਹਰ ਜਾ ਰਹੀ ਅਤੇ ਜਾਂਦੇ ਹੋਏ ਬੱਸ ਸਟੈਂਡ ਦੇ ਵਿੱਚ ਟਰੱਕ ਨਾਲ ਟਕਰਾਈ, ਜਿਸ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਖੇਮਕਰਨ ਦੇ ਪਿੰਡ ਅਗਲੋ ਕਲਾਂ ਵਿਖੇ ਠੇਕੇ ਅਤੇ ਜ਼ਮੀਨ ਲੈਣ ਸੰਬੰਧੀ ਪੈਦਾ ਹੋਏ ਵਿਵਾਦ ਦੇ ਮਾਮਲੇ 'ਚ ਕੁਝ ਵਿਅਕਤੀਆਂ ਵੱਲੋਂ ਇੱਕ ਘਰ 'ਤੇ ਹਮਲਾ ਕਰਨ ਦੀ ਖਬਰ ਹੈ। ਪੀੜਿਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਹਮਲਾਵਰਾਂ ਨੇ ਘਰ ਵਿੱਚ ਭੰਨਤੋੜ ਕੀਤੀ ਅਤੇ ਇਸ ਦੌਰਾਨ ਫਾਇਰਿੰਗ ਵੀ ਕੀਤੀ ਅਤੇ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਇੱਕ ਨੌਜਵਾਨ ਜ਼ਖਮੀ ਦੱਸਿਆ ਜਾ ਰਿਹਾ ਹੈ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੀੜਿਤ ਪਰਿਵਾਰ ਨੇ ਮੀਡੀਆ ਨੂੰ ਆਪਣੀ ਆਪ ਬੀਤੀ ਸੁਣਾਉਂਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ਼ ਪਣ ਦੀ ਕਾਰਵਾਈ ਕੀਤੀ ਜਾਏਗੀ। ਅਜੇ ਇਹੋ ਮਾਮਲਾ ਵੀ ਆ, ਭੈਣ ਕੁੜੀ ਦਾ ਹੀ ਆ, ਵੀ ਅਸੀਂ ਵਾਹੀਏ ਵੀ ਅਸੀਂ ਬੀਜ ਗਏ ਅਤੇ ਅਸੀਂ ਤਾਂ ਠੇਕੇ ਤਾਂ ਲਈ, ਸਾਨੂੰ ਤਾਂ ਕੋਈ ਨਹੀਂ ਆ। ਕੀ ਮਾਮਲਾ ਕੀ ਆ, ਕਿਸ ਤਰ੍ਹਾਂ ਮਤਲਬ ਠੇਕੇ ਤੁਸੀਂ ਕੀ ਤੋਂ ਲਈ? ਅਸੀਂ ਠੇਕੇ ਤੋਂ ਆਉਂਦੇ ਆ, ਜੇਠ ਜਠਾਣੀ ਆ, ਜੇਠ ਜਠਾਣੀ ਤੋਂ ਲਈ। ਅਤੇ ਡੱਕ ਦਾ ਕੌਣ ਹੈ? ਡੱਕ ਦਾ ਗੁਰਦੇਵ ਸਿੰਘ। ਕਿੱਥੋਂ ਦਾ ਹੈ? ਬਲਟੋਏ ਦਾ। ਅੱਛਾ, ਅਤੇ ਆਹ ਕੀ ਗੱਲ ਹੋਈ ਆ, ਜਿਹੜੀ ਭੰਨ ਤੋੜ ਹੋਈ ਗੋਲੀ ਚੱਲੀ? ਇਹ ਭੰਨ ਤੋੜ ਹੋਈ ਆ, ਲੜਾਈ ਪਤਾ ਨਹੀਂ ਹੋ ਗਈ ਆ, ਅਤੇ ਉਹਨੇ ਆਪਾਂ ਉਹ ਲੋਕ ਫੋਨ ਲਾਇਆ ਵੀ ਮੈਂ ਆਉਣ ਲੱਗਾ ਘਰੇ, ਅਤੇ ਮੈਂ ਕਦੋਂ ਆ ਗਿਆ, ਮੈਂ ਭੱਜ ਕੇ ਅੰਦਰ ਵੜ ਗਈ ਡਰਦੀ, ਮੈਂ ਬਾਹਰ ਦੀ ਮੁੜ ਕੇ ਨਿਕਲੀ, ਕਦੋਂ ਮੁੰਡੇ ਨੂੰ ਪੁੱਟ 'ਤੇ ਕੱਟ 'ਤੇ ਰਹੇ। ਮੁੰਡਾ ਤੁਹਾਡਾ? ਹਾਂਜੀ। ਕੀ ਨਾਂ ਉਹਦਾ?
ਗੁਰਸੇਵਕ ਸਿੰਘ ਤੇ ਜ਼ਖਮੀ ਆ ਉਹ ਹਾਂਜੀ ਕਿੱਥੇ ਆ ਤਰਨ ਤਾਰਨ ਦਾਖਲ ਵਾ ਹਾਂਜੀ ਦਾਖਲ ਤੇ ਕੋਈ ਦਰਖਾਸਤ ਦਿੱਤੀ ਇਸ ਸੰਬੰਧੀ ਦਿੱਤੀ ਸੀ ਭਾਜੀ ਕੋਠੀ ਇਹ ਸਰ ਮਾਲਾ ਤਾਂ ਕਿਤੋਂ ਗਿਆ ਸਾਨੂੰ ਅੱਗੇ ਦਿੰਦਾ ਰਹਿੰਦਾ ਹੈ ਕਿੱਥੋਂ ਦਾ ਬੰਦਾ ਇਹ ਬਟੋਏ ਦਾ ਜੀ ਅੱਛਾ ਪਿੰਡ ਬਟੋਆ ਇਹਦਾ ਪਾਲ ਡੱਫੇ ਵੱਜਦੇ ਕਾਰਨ ਕੀ ਹੈ ਜੀ ਇਹ ਜਨਾਬ ਇਸ ਤਰ੍ਹਾਂ ਮਤਲਬ ਭਤੀਜ ਸਾਡੀ ਕੱਢ ਕੇ ਲੈ ਗਿਆ ਸੀ ਅੱਗੇ ਉਹਦੇ 'ਚ ਅਸੀਂ ਆਪਦੇ ਅੰਦਰ ਬਾਹਰ ਅੱਡ ਮਾਰਿਆ ਅਤੇ ਆਪਣੇ ਦੋਸ਼ ਕੋਈ ਨਹੀਂ ਇਹਦਾ ਕੋਈ ਅਤੇ ਤੁਹਾਡੇ ਨਾਲ ਕਾਹਤੋਂ ਲੜਾਈ ਹੋਈ ਸਾਡੇ ਨਾਲ ਵੀ ਅਸੀਂ ਠੇਕੇ ਠੂਕੇ ਤਾਂ ਪੈਲੀ ਉਹਦੇ ਨਾਲ ਕਰਕੇ ਅਤੇ ਇਹ ਕਰਕੇ ਪੰਜ ਤੋਂ ਛੇ ਲੋਕ ਆਏ ਆ ਅਤੇ ਮੈਂ ਪੱਠੇ ਪਾਉਂਦੇ ਇਹ ਘਰੇ ਪਹਿਲਾਂ ਮੇਰੇ ਡੰਗ ਡੁੰਗਾ ਮਾਰੀਆਂ ਦਾਤਰ ਦੁੱਤਰ ਮਾਰੇ ਕਿੱਥੇ ਮਾਰਿਆ ਅੱਛਾ ਹਾਂਜੀ ਜੀਜੀ ਦੀ ਪਤਾ ਨਹੀਂ ਡਾਂਗ ਦੀ ਵਜੀ ਹੈ ਉਂਗਲ ਟੁੱਟ ਗਈ ਹੈ ਟੁੱਟ ਗਈ ਹੈ ਹਾਂਜੀ ਅਤੇ ਇੱਧਰ ਆਵੇ ਇੱਥੇ ਦਾਤਰ ਮਾਰਿਆ ਵਾ ਅੱਛਾ ਜੀ ਹਾਂਜੀ ਦੂਜੇ ਨਾਲ ਤਿੰਨਾਂ ਕੁ ਜਾਣੇ ਦੇ ਪਛਾਣਿਆ ਚਿਹਰੇ ਅਤੇ ਬਾਕੀਆਂ ਨੇ ਮੂੰਹ ਬੱਧੇ ਹੋਏ ਅੱਛਾ ਜੀ ਅਣਪਛਾਤੇ ਸੀ ਅਤੇ ਬਾਕੀ ਅੱਛਾ ਇੱਕ ਗੁਰਦੇਵ ਸਿੰਘ ਜੀ ਇੱਕ ਗੋਪੀ ਜੀ ਅੱਛਾ ਅਤੇ ਇੱਕ ਗੁਰਲਾਲ ਠੀਕ ਹੈ ਜੀ ਇਹ ਮਾਮਲਾ ਜੀ ਗੁਰਸੇਵਕ ਸਿੰਘ ਸਨ ਉਹ ਬਲਵੰਤ ਸਿੰਘ ਵਾਸੀ ਬੇਕਾਂ ਵਾਲਗੋਂ ਇਹ ਇਲੈਕਸ਼ਨ ਵਾਲੀ ਰਾਤ ਸਾਡੇ ਕੋਲ ਕਰੀਬ 8:30 ਦੇ ਵਿੱਚ ਆਏ ਸੀ ਸਾਡੇ ਘਰ ਗੋਲੀ ਚੱਲੀ ਹੈ ਮੌਕੇ 'ਤੇ ਅਸੀਂ ਗਏ ਹਾਂ ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਬਾਕੀ ਇਸ ਸੰਬੰਧੀ ਜੋ ਅਗਲੇ ਬੰਦੇ ਤਫਤੀਸ਼ ਹਾਲਾਤ ਸਾਹਮਣੇ ਆਉਣਗੇ ਉਹ ਬੰਦੀ ਕਾਰਵਾਈ ਕੀਤੀ ਜਾਵੇ ਟਾਂਡਾ ਦੇ ਪਿੰਡ ਜਾਜਾ ਵਿਖੇ ਚੋਰਾਂ ਨੇ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਚੋਰਾਂ ਨੇ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਉਹ ਆਪਣੇ ਦੂਸਰੇ ਕਮਰੇ ਵਿੱਚ ਸੌਣ ਜਾ ਰਹੇ ਸਨ ਤਾਂ ਚੋਰ ਇੱਕ ਹੋਰ ਦੂਸਰੇ ਕਮਰੇ ਦੀ ਗ੍ਰਿਲ ਖੋਲ੍ਹ ਕੇ ਸਟੋਰ ਰੂਮ ਵਿੱਚ ਦਾਖਲ ਹੋ ਗਏ ਜਿੱਥੇ ਪਈ ਅਲਮਾਰੀ ਦਾ ਤਾਲਾ ਤੋੜ ਕੇ ਚੋਰ ਸੋਨੇ ਦੇ ਗਹਿਣੇ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਘਟਨਾ ਸੰਬੰਧੀ ਟਾਂਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਪਿੰਡ ਵਿੱਚ ਲੱਗੇ CCTV ਕੈਮਰੇ ਵੀ ਖੰਗਾਲੇ ਹਨ ਫਿਲਹਾਲ ਪੁਲਿਸ ਵੱਲੋਂ ਅਣਪਛਾਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਲਮਾਰੀ ਜੋੜ ਕੇ 2:30 ਰਾਤ ਨੂੰ ਦੋ ਵਾਲੀਆਂ ਸੈੱਟ ਦੋ ਕਾਂਟਿਆਂ ਦੇ ਦੋ ਮੁੰਡੀਆਂ 50,000 ਰੁਪਈਆ ਹੋਰ ਕਾਗਜ਼ ਪੱਤਰ ਚੋਰੀ ਕਰਨ ਲੱਗਾ ਪੁਲਿਸ ਨੂੰ ਸੂਚਿਤ ਕਰਤਾ ਉਹ ਕੈਮਰੇ ਦੀ ਮਦਦ ਨਾਲ ਪੁੱਛਗਿੱਛ ਕਰਦਾ ਹੈ ਅਤੇ ਪੰਜਾਬੀ ਦੇ ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ TV ਦੇ ਨਾਲ ਆਓ ਜਾਂਦੇ ਜਾਂਦੇ ਇੱਕ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ